वाहे गुरु जी वाहे गुरमुख नाम ते आया आए ते परम नानक कुल दर दर वेश से तिन तन जने दी माओ आए सफल से गोपाल ते चादन नीत
चला
निराली भगत केरी बिख ममार चलना चाले निराली भगत की चाले निराली चाले निराली भगत की चाले निराली चला निराली भगत केरी चला निराली भगत केरी दुख ममार चलना चाले निराली भगत की चाले निराली चाले निराली भगत की चाले निराली
चल निराली पदता केरी चल निराली पदता केरी विक्रम मार्ग चलना तेरे मन पा
सोहन कीरत काम दे
मेरे राम राय
तू संतां का संत तेरे मेरे राम राहे तू संतां का संत तेरे मेरे राम राहे तू संतां का संत तेरे तेरे सेवक को ओ कृष्णाई जम नहीं आवे मेरे राम रे तू संता का संत ते मेरे राम रे तू संता का संत ते
छनाई दम नहीं आवे नेड़े Thank you.
Oh,
सौती सो सहरे जो मन जीवा होए राम कसौटी सो सहरे जो मन जीवा ਜਿਨ੍ਹਾਂ ਦੀ ਆਰਾਧਨਾ ਕੀਤੀ ਅਤੇ ਆਰਾਧਨਾ ਕਰਕੇ ਪ੍ਰਤੱਖ ਐਲਾਨੀਆ ਤੌਰ 'ਤੇ ਉਸ ਭਗਤਾਂ ਨੇ ਕਹਿਤਾ ਕਿ ਜੋ ਜਨ ਤੁਹਾਰੀ ਭਗਤ ਕਰਨ 'ਤੇ ਤਿਨਕੇ ਕਾਲ ਸੁਣਾਉਂਦਾ ਹੈ। ਦੁਨੀਆਂ ਦੇ ਲੋਕੋ, ਮੈਂ ਸੱਚ ਕਹਿ ਰਿਹਾ, ਜੇ ਤੁਸੀਂ ਆਪਣੇ ਕਾਰਜ ਸਵਾਰਨੇ ਨੇ ਤਾਂ ਉਹਦੀ ਭਗਤ ਕਰੋ, ਉਹਦਾ ਸਿਮਰਨ ਕਰੋ, ਕਿਉਂਕਿ ਮੈਂ ਕਰਕੇ ਦੇਖਿਆ ਅਤੇ ਮੇਰੇ ਸਾਰੇ ਕਾਰਜ ਸਵਾਰ ਦਿੱਤੇ ਨੇ ਅਤੇ ਜੇ ਮੇਰੇ ਕਾਰਜ ਸਵਾਰੇ ਆ ਤਾਂ ਤੁਹਾਡੇ ਕੋਲ ਸੁਣਦੇ ਉਹ ਭਗਤ ਜਿਨ੍ਹਾਂ ਦੀ ਉਹ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਦਰਜ ਕਰ ਦਿੱਤੀ। ਭਗਤ ਅੰਨਾ ਜੀ ਐਸੇ ਭਗਤ ਜਿਨ੍ਹਾਂ ਨੇ ਦ੍ਰਿੜ ਵਿਸ਼ਵਾਸ ਦੇ ਨਾਲ ਉਹਦੀ ਆਰਾਧਨਾ ਕੀਤੀ ਅਤੇ ਉਹਨੂੰ ਪਾਇਆ। ਗਾਵਿਆ ਸੁਣਿਆ ਕੀਰਤਨ ਥਾਏ ਪੈ ਜਾਵੇਗਾ ਜੇ ਸਤਿਗੁਰ ਕਿਰਪਾ ਕਰ ਕਿਨਕਾ ਮਾਤਰ ਸਾਡੇ ਵਿੱਚ ਵੀ ਉਹ ਜੀਵਨ ਵਿੱਚ ਉਹ ਦ੍ਰਿੜਤਾ, ਉਹ ਵਿਸ਼ਵਾਸ, ਉਹ ਭਾਵਨਾ, ਉਹ ਸ਼ਰਧਾ ਆ ਜਾਵੇ ਅਤੇ ਲੋਕ ਸੁਖੀਏ ਲੋਕ ਸੁਹੇਲੇ ਹੋ ਜਾਣ ਬਣ ਕੇ ਕੋਟਾਣ ਕਟਾਣ ਸ਼ੁਕਰਾਨੇ ਸਤਿਗੁਰੂ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਰਹਿਮਤ ਸਦਕਾ ਆਪ ਜੀ ਦੇ ਚਰਨ ਪਰਸ਼ ਦਾ ਸਮਾਜ ਪ੍ਰਾਪਤ ਹੋਇਆ। ਉਪਰੰਤ ਮਹਾਂਪੁਰਸ਼ ਬਾਬਾ ਜੀ ਜੋ ਬੜੇ ਪਿਆਰ ਦੇ ਨਾਲ ਇੱਥੇ ਇਸ ਅਸਥਾਨ ਦੀ ਸੇਵਾ ਕਰ ਰਹੇ ਨੇ, ਉਹਨਾਂ ਦੇ ਪਿਆਰ ਸਦਕਾ ਔਰ ਮੇਰੇ ਅਤਿ ਸਤਿਕਾਰਯੋਗ ਵੀਰ ਜੀ ਔਰ ਭੈਣ ਜੀ ਅਮਿੰਦਰ ਕੌਰ ਜੀ ਜਿਨ੍ਹਾਂ ਨੇ ਹੁਕਮ ਕੀਤਾ, ਉਹਨਾਂ ਦੇ ਪਿਆਰ ਸਦਕਾ ਆਪ ਜੀ ਦੇ ਚਰਨ ਪਰਸ਼ ਦਾ ਸਮਾਜ ਪ੍ਰਾਪਤ ਹੋਇਆ। ਸੋ ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ, ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰੇ। ਦਰੋਂ ਤੋਂ ਨਾਮ ਦਾ ਰੰਗ ਸਾਧਾ ਸੰਗ ਅੰਮ੍ਰਿਤ ਵੇਲੇ ਦੀ ਦਾਤ ਪੈ ਭਾਵ ਨੇ ਸ਼ਬਦ ਦੀ ਟੇਕ ਸਾਡੀ ਚੋਲੀ ਵਿੱਚ ਪਾਵੇ। ਅਗਲਾ ਪ੍ਰੋਗਰਾਮ ਇਸ ਤਰ੍ਹਾਂ ਪਿਆਸਾ ਸਰਵਣ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੇ ਮਾਫੀ ਜੀ, ਫਤਿਹ ਦੀ ਸਾਂਝ ਕਰੋ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।